2015 च वापरे कोटकपुरा ते बैबल कलां गोलीकांड मसले नूं कौण ते क्यों खराब कर रहा, केस कमजोर किवें हो रहा, गल इस ते करांगे। साडे कोले कुछ तत्थ कुछ सबूत जिहड़े ओह मौजूद है क्यों ये 18-20 महीनों के सरकार भी इस मसले के इंसाफ नहीं दे सकी। कुंवर विजय प्रताप सिंह कित्थे खड़े है, SIT ते सरकार कित्थे खड़ी है, सुखराज सिंह ते मोर्चा उन्होंने साथी कित्थे खड़े है, गल इस ते करनी आ। तत्थां ते सबूतां समेत अहम जानकारी तुहाडे तक पहुँचा रहे हैं और बहुत अहम जानकारी तुहाडे लई इह जाननी जरूरी है। जिहड़े लोग इस मुद्दे दे नाल भावुकता दे तौर ते इंसानियत दे तौर ते जुड़े आ, बहुत वड्डे खुलासे जिहड़े आ इस मसले दे विच असीं अज करांगे। नाल ही नाल गलबात करांगे कि आम आदमी पार्टी दा एक होर MLA गिरफ्तार होया, क्यों होया, किहड़ा होया, कल इस ते नाल ही नाल करांगे कि ED दे वल्लों दो होर साबका मंत्रियां नूं टंगण दी तैयारी है, रेड की गई है, क्यों किहड़े आ, गल इस ते करांगे। मेरे नाल प्रोफेसर मनजीत सिंह अणखी साहब, सब तो पहला स्वागत करदा, अणखी साहब स्वागत है प्रोग्राम 'च। बहुत बहुत शुक्रिया सुखविंदर जी। अणखी साहब, 2015 ਦੇ ਵਿੱਚ ਵਾਪਰੇ ਕੋਟਕਪੁਰਾ ਤੇ ਗੋਲੀਕਾਂਡ ਮਸਲੇ ਦੀ ਬੈਕਗ੍ਰਾਉਂਡ ਸਾਰੇ ਜਾਣਦੇ ਆ, ਜਿਹੜੀ ਤਸਵੀਰ ਲੋਕਾਂ ਦੇ ਸਾਹਮਣੇ ਆ, ਪਰ ਕੁਝ ਤੱਥ ਲੁਕੇ ਰਹਿ ਗਏ ਆ, ਉਹ ਅੱਜ ਆਪਾਂ ਦਰਸ਼ਕਾਂ ਨੂੰ ਦੱਸਣੇ ਆ। ਔਰ ਖਾਸ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਇਹ ਆ ਵੀ ਇਨਸਾਫ ਇਹਦੇ ਵਿੱਚ ਮਿਲ ਕਿਉਂ ਨਹੀਂ ਰਿਹਾ, ਇਹ ਕੇਸ ਕਮਜ਼ੋਰ ਕਿਵੇਂ ਹੋ ਰਿਹਾ, ਕੌਣ ਕਰ ਰਿਹਾ, ਮਸਲਾ ਕੀ ਬਣ ਰਿਹਾ, ਸਰਕਾਰ ਕਿੱਥੇ ਖੜੀ ਹੈ, ਕੁੰਵਰ ਕਿੱਥੇ ਖੜੇ ਆ, SIT ਕਿੱਥੇ ਖੜੀ ਹੈ, ਭਾਈ ਸੁਖਰਾਜ ਕਿੱਥੇ ਖੜੇ ਆ। ਖਾਸ ਤੌਰ 'ਤੇ ਸਵਾਲ ਇਹ ਵੀ ਹੈ ਕਿ ਸੁਖਰਾਜ ਸਿੰਘ ਹੋਰੀ ਕੁੰਵਰ ਵਿਜੇ ਪ੍ਰਤਾਪ ਦੇ ਉੱਪਰ ਕੁਝ ਜਿਹੜੇ ਇਲਜ਼ਾਮ ਲਾ ਰਹੇ ਸੀ ਕਿ ਉਹਨਾਂ ਨੇ ਵਾਅਦਾ ਮਾਫ਼ ਗਵਾਹ ਜਿਹੜਾ ਉਹ ਬਣਾਇਆ, ਹਾਲਾਂਕਿ 3 ਸਾਲ ਪਹਿਲਾਂ ਉਹ ਕਹਿੰਦੇ ਸੀ ਕਿ ਵਾਅਦਾ ਮਾਫ਼ ਗਵਾਹ ਜਿਹੜਾ ਪ੍ਰਦੀਪ ਸਿੰਘ ਨੂੰ ਬਣਾਓ, ਅੱਜ ਉਹ ਕਹਿ ਰਿਹਾ ਕਿ ਨਹੀਂ ਬਣਾਉਣਾ ਚਾਹੀਦਾ ਸੀਗਾ। ਇਸ ਪੂਰੇ ਮਸਲੇ ਦੀ ਅਸਲ ਕਹਾਣੀ ਕੀ ਹੈ, ਤੱਥਾਂ ਸਬੂਤਾਂ ਸਮੇਤ ਜਿਹੜਾ ਉਹ ਦੱਸੋ ਕਿ ਉਹ ਕਿਵੇਂ ਕੇਸ ਖਰਾਬ ਹੋ ਰਿਹਾ, ਪੂਰੀ ਕਹਾਣੀ ਇਹਦੇ ਵਿੱਚ ਦੱਸੋ, ਸਾਰਿਆਂ ਦੀ ਭੂਮਿਕਾ ਕਿੱਥੇ ਕਿਤੇ ਖੜੀ ਹੈ। ਸੁਖਵਿੰਦਰ ਜੀ, 2015 ਦੇ ਵਿੱਚ ਭਾਣਾ ਵਾਪਰਦਾ, ਹੁਣ ਦੋ ਸਰਕਾਰਾਂ ਸੁਖਵਿੰਦਰ ਜੀ ਜਾ ਚੁੱਕੀਆਂ, ਬਣ ਚੁੱਕੀਆਂ, ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਅਸੀਂ 18 ਮਹੀਨੇ ਵਿੱਚ ਇਨਸਾਫ਼ ਦੇਵਾਂਗੇ। ਚਲੋ ਜਾਂਚ ਚੱਲੀ, ਜਾਂਚ ਕਿੱਥੋਂ ਤੱਕ ਪਹੁੰਚੀ ਹੈ ਇਹ ਸਾਰੇ ਲੋਕ ਜਾਣਦੇ ਆ। ਬੀਤੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਮੋਰਚੇ ਦੇ ਆਗੂਆਂ ਦਾ ਸਮਝੌਤਾ ਵੀ ਹੋਇਆ ਔਰ ਉਹਨਾਂ ਨੇ ਸੰਤੁਸ਼ਟੀ ਵੀ ਜ਼ਾਹਿਰ ਕੀਤੀ, ਬਹੁਤ ਕੁਝ ਇੱਦਾਂ ਦਾ ਹੋਇਆ, ਪਰ ਹੁਣ ਇਸ ਕੇਸ ਦੇ ਵਿੱਚ ਜਿਹੜੇ ਨਵੇਂ ਤੱਥ ਜਿਹੜੇ ਆ ਸੁਖਵਿੰਦਰ ਜੀ ਸਾਹਮਣੇ ਆ ਰਹੇ, ਜਿਸ ਨਾਲ ਲੱਗਦਾ ਕਿ ਇਹ ਜਿਹੜਾ ਕੇਸ ਆ ਇਹ ਕਮਜ਼ੋਰ ਹੁੰਦਾ ਜਾ ਰਿਹਾ, ਔਰ ਇਸ ਕਮਜ਼ੋਰ ਹੋਣ ਦੇ ਕੇਸ ਦੇ ਨਾਲ ਫਾਇਦਾ ਕਿਹਨੂੰ ਹੋ ਰਿਹਾ, ਇਹ ਵੀ ਬੜੇ ਪ੍ਰਸ਼ਨ ਜਿਹੜੇ ਆ ਇਸ ਦੇ ਵਿੱਚ ਪੈਦਾ ਹੋ ਰਹੇ ਆ। ਹੁਣ ਸਿੱਧੂ ਸਾਹਿਬ, ਸਭ ਤੋਂ ਵੱਡਾ ਪ੍ਰਸ਼ਨ ਜਿਹੜਾ ਇਹ ਆ ਕਿ ਇਹਨਾਂ ਦਿਨਾਂ ਦੇ ਵਿੱਚ ਭਾਈ ਸੁਖਰਾਜ ਸਿੰਘ ਹੋਣੀ ਤੇ ਉਹਨਾਂ ਦੇ ਵਕੀਲਾਂ ਵੱਲੋਂ ਇੱਕ ਕੋਰਟ ਦੇ ਵਿੱਚ ਐਪਲੀਕੇਸ਼ਨ ਦਿੱਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਇਸ ਗੱਲ ਤੇ ਇਤਰਾਜ਼ ਪ੍ਰਗਟ ਕੀਤਾ ਕਿ ਪ੍ਰਦੀਪ ਸਿੰਘ ਨੂੰ ਵਾਅਦਾ ਮਾਫ਼ ਗਵਾਹ ਨਹੀਂ ਬਣਾਇਆ ਜਾਣਾ ਚਾਹੀਦਾ। ਜੇ ਉਸਨੂੰ ਬਣਾਇਆ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਸ ਆਧਾਰ ਤੇ ਬਣਾਇਆ, ਇਸ ਤਰੀਕੇ ਦੀ ਗੱਲ ਕੀਤੀ ਆ, ਔਰ ਨਾਲ ਉਹਨਾਂ ਨੇ ਇੱਕ ਐਪਲੀਕੇਸ਼ਨ ਦਾਇਰ ਕੀਤੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਆ ਬਿਆਨ ਜਿਹੜੇ ਆ ਹੁਣ ਮੁੜ ਤੋਂ ਦਾਖਲ ਜਿਹੜੇ ਆ ਉਹ ਕੀਤੇ ਜਾਣ। ਹੁਣ 3 ਸਾਲਾਂ ਬਾਅਦ ਉਹ ਅਜਿਹੀ ਸਥਿਤੀ ਜਿਹੜੀ ਆ ਉਹ ਬਿਆਨ ਕਰ ਰਹੇ ਆ ਜਿਹਦੇ ਵਿੱਚ ਉਹਨਾਂ ਨੇ ਪ੍ਰਦੀਪ ਸਿੰਘ ਦੇ ਵਾਅਦਾ ਮਾਫ਼ ਗਵਾਹ ਬਣਨ ਤੇ ਇਤਰਾਜ਼ ਜਿਹੜਾ ਉਠਾਇਆ, ਤੇ ਹੁਣ ਇਸ ਦੇ ਨਾਲ ਸੁਖਵਿੰਦਰ ਜੀ ਕੁਦਰਤੀ ਤੌਰ ਤੇ ਕੇਸ ਜਿਹੜਾ ਕਮਜ਼ੋਰ ਹੁੰਦਾ ਕਿਉਂਕਿ ਉਹ ਸਾਰੇ ਕੇਸ ਦੇ ਵਿੱਚ ਜਿਹੜੇ ਬਿਆਨ ਨੇ ਉਹ ਪ੍ਰਦੀਪ ਸਿੰਘ ਦੇ ਦਰਜ ਨੇ। ਪਰ ਹੁਣ ਜਿਸ ਤਰੀਕੇ ਨਾਲ ਉਹਨਾਂ ਨੇ ਇਸ ਪੁਆਇੰਟ ਨੂੰ ਉਠਾ ਕੇ ਅਦਾਲਤ ਵਿੱਚ ਜਿਹੜੀ ਐਪਲੀਕੇਸ਼ਨ ਦਿੱਤੀ ਆ, ਤਾਂ ਇਹਦੇ ਨਾਲ ਕੁਦਰਤੀ ਤੌਰ ਤੇ ਸਿੱਧੂ ਸਾਹਿਬ ਕੇਸ ਜਿਹੜਾ ਕਮਜ਼ੋਰ ਹੁੰਦਾ, ਤੇ ਜੇਕਰ ਕੇਸ ਕਮਜ਼ੋਰ ਹੁੰਦਾ ਕਿ ਸਾਹਿਬ ਥੋੜ੍ਹਾ ਜਿਹਾ ਇੱਥੇ ਮੈਂ ਦੱਸ ਦਿਆਂ ਕਿ ਜਿਹੜੇ ਬਿਆਨ ਦੁਬਾਰਾ ਦੇਣ ਵਾਲੀ ਗੱਲ ਸੀ ਉਹ ਮੇਰੇ ਖਿਆਲ 'ਚ ਖਾਰਜ ਹੋ ਚੁੱਕੀ ਹੈ ਐਪਲੀਕੇਸ਼ਨ ਸੁਖਰਾਜ ਹੋਰਾਂ ਦੀ ਲੱਗਦਾ, ਔਰ ਜੇ ਮੈਂ ਗਲਤ ਨਹੀਂ ਹਾਂ ਤਾਂ, ਔਰ ਇਹਨਾਂ ਨੇ ਇਹ ਕਿਹਾ ਕਿ ਪ੍ਰਦੀਪ ਨੂੰ ਵਾਅਦਾ ਮੁਆਫ਼ ਗਵਾਹ ਗਲਤ ਤਰੀਕੇ ਨਾਲ ਬਣਾਇਆ, ਉਹਨੂੰ ਹਟਾਇਆ ਜਾਵੇ ਵਿੱਚੋਂ, ਇਹ ਗੱਲ ਉਹਨਾਂ ਨੇ ਕਹੀ ਹੈ। ਜੀ ਜੀ ਬਿਲਕੁਲ। ਤਾਂ ਸੁਖਵਿੰਦਰ ਜੀ, ਹੁਣ ਜੇਕਰ ਅਜਿਹੀਆਂ ਸਥਿਤੀਆਂ 'ਚ ਕੇਸ ਕਮਜ਼ੋਰ ਹੁੰਦਾ ਤਾਂ ਫਿਰ ਉਸਦਾ ਲਾਭ ਕਿਸ ਨੂੰ ਜਾਵੇਗਾ? ਸੁਭਾਵਿਕ ਹੈ ਕਿ ਉਸਦਾ ਲਾਭ ਜਿਸ ਤਰੀਕੇ ਨਾਲ ਸਥਿਤੀਆਂ ਬਣਨਗੀਆਂ ਕਿ ਜਿਹੜੇ ਉਹਨਾਂ ਵਿੱਚ ਕਥਿਤ ਤੌਰ 'ਤੇ ਦੋਸ਼ੀ ਨੇ ਪਰਮਰਾਜ ਉਮਰਾ ਨੰਗਲ ਹੋ ਸਕਦਾ, ਦੂਜੇ ਪਾਸੇ ਸੈਣੀ ਹੋ ਸਕਦਾ। ਹੁਣ ਇਹ ਕਿਉਂ ਉੱਠ ਰਹੇ ਨੇ? ਕਿਉਂਕਿ ਸੁਖਵਿੰਦਰ ਜੀ ਇਹਦੇ ਵਿੱਚ ਇਜੀ ਪੰਜਾਬ ਦੇ ਜਿਹੜੇ ਨੇ, ਜਿਹੜੇ ਇਸ ਵੇਲੇ ਨਿਯੁਕਤ ਨੇ ਕਿਸੇ ਸਮੇਂ, ਉਹ ਉਮਰਾ ਨੰਗਲ ਦੇ ਵਕੀਲ ਦੇ ਨੇ, ਤਾਂ ਉਹਨਾਂ ਸਾਰੀਆਂ ਸਥਿਤੀਆਂ ਦੇ ਵਿੱਚ ਇਹ ਸੰਸਦ ਜੀ ਕਈਆਂ ਕੇਸਾਂ ਦੇ ਵਿੱਚ, ਔਰ ਕਈ ਇਹ ਸੰਸੇ ਜਿਹੜੇ ਉੱਠਣੇ ਸੁਭਾਵਿਕ ਨੇ ਸਿੱਧੂ ਜੀ, ਤਾਂ ਸੰਸੇ ਉੱਠਣੇ ਸੁਭਾਵਿਕ ਨੇ ਕਿ ਇਹਦੇ ਨਾਲ ਕੇਸ ਕਮਜ਼ੋਰ ਹੋ ਰਿਹਾ ਔਰ ਉਸਦਾ ਬੈਨੀਫਿਟ ਜਿਹੜਾ ਸਿੱਧੂ ਸਾਹਿਬ ਜਿਹੜਾ ਆ ਉਹਨਾਂ ਕਥਿਤ ਤੌਰ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਮਿਲ ਸਕਦਾ, ਇਹ ਸਥਿਤੀਆਂ ਜਿਹੜੀਆਂ ਹਨ ਉਹ ਸਥਿਤੀਆਂ ਦਰਸਾ ਰਹੀਆਂ ਨੇ। ਹੁਣ ਸੁਖਵਿੰਦਰ ਜੀ, ਹੁਣ ਦੂਸਰਾ ਪੁਆਇੰਟ ਜਿਹੜਾ ਆ ਜਿਹੜੇ ਸੰਬੰਧ 'ਚ ਅਸੀਂ ਗੱਲ ਕਰ ਰਹੇ ਕਿ ਵਾਅਦਾ ਮਾਫ਼ ਗਵਾਹ ਔਰ ਜਿਸ ਦੀ ਉਹ ਗੱਲ ਕਹਿ ਰਹੇ ਆ ਕਿ ਇਹਦੇ ਵਾਸਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਨਹੀਂ ਉਸ ਤਰੀਕੇ ਦਾ ਉਸ ਨੂੰ ਬਣਾਇਆ, ਜਦੋਂ ਕਿ ਜਿਹੜੇ ਤੱਥ ਨੇ ਸੁਖਵਿੰਦਰ ਜੀ ਉਹ ਇਹ ਬਿਆਨ ਕਰਦੇ ਆ ਕਿ ਸੈਸ਼ਨ ਅਦਾਲਤ ਵਿੱਚ ਜਦੋਂ ਵੀ ਕੋਈ ਵਾਅਦਾ ਮਾਫ਼ ਗਵਾਹ ਬਣਦਾ ਤਾਂ ਉਹ ਆਪਣੇ ਬਿਆਨ ਮੈਜਿਸਟਰੇਟ ਰਾਹੀਂ ਉਸਨੇ ਪਹਿਲਾਂ ਆਪਣੇ ਦਰਜ ਕਰਾਈ ਤੇ ਇਹਦੇ ਵਿੱਚ ਅਦਾਲਤ
और दोषी जरा कथित तौर पर दोषी वह अपना अधिकार खेत्र आ कि उसने वादा माफक वाह बनना या नहीं बनना वो कोई तीजी तर कोई दखल अंदाजी सिद्धू साहब वह नहीं कर सकती बिल्कुल। तो उस आधार से जो वादा माफक गवाह बन गया मजिस्ट्रेट राय बयान उसने अदालत सामने दे देते तो फिर उस तो बाद सिद्धू साहब कवर विजय प्रताप सिंह होनी जेड़े इस सारे केस के जांच अधिकारी सन इन्हों सरकारी वकील यह गल पूछी गई कि हाँ भी तुम दसो तो इन्होंने उस नाते अपनी जी सहमति है वह प्रगट की और क्यों प्रगट की क्योंकि सिद्धू साहब ये केस योजा कि जिसन पूर्ण तौर पर सच्चाई तक पहुंचना सी तो उस सच्चाई तक पहुंचने वास्ते जिस तरीके की मेहनत कवर विजय प्रताप सिंह की एस आई टी ने की वह सारे के सामने है। तुम्हें याद होगा कि कई कुछ योजा उन्होंने दिनों के कद कोई आईडियो कोई वीडियो लुक जाता कद कुछ नहीं सीता बहुत कुछ इदा का होया तो जो अपने अंत अदालत ने जानी बना लिया गवाह अपने तौर पर जी अदा बिल्कुल अदालत ने गवाह बनाया कबर विजय प्रताप सिंह या सरकारी वकील की कोई भूमिका नहीं उन्होंने को केवल पूछा गया कि हाँ भाई दसो तो जो अदालत ही उस गल का अधिकार खेत्र था वो कोई दूजी गल रह सुखविंदर जी जी नहीं जाती तो हम तीसरी गल जी सुखविंदर जी ये सामने आती है कि वह यह आ कि जो 2020 जो आ केस शुरू हुंदा तो उस वक्त जिहड़ा रेशम सिंह सी जिहड़ा सुखराज सिंह दे उहनां दे जिहड़े परिवारक रिश्तेदार ने उन्होंने इस गल का एतराज प्रगट किया जी चाचा जी वो जिहड़े सन तो उन्होंने इस गल का एतराज प्रगट किया कि प्रदीप सिंह नूं वादा माफक गवाह नहीं बनाउणा चाहीदा नहीं बनाउणा चाहीदा ते नाल ही नाल उन्होंने इस गल ते वी जोर दित्ता कि जिहड़े सुखराज दे ते डेफामेशन मानहानी दा जिहड़ा केस आ दर्ज किया जाए तो उस वक्त अदालत दे विच सिद्धू साहब इन्होंने यह गल कही थी कि इन्होंने साडा परिवारक मतभेद आ तो इस करके इस गल का एतराज प्रगट कर रहे हैं तो उन्होंने वादा माफक उस वक्त 2020 जिस संबंधी अज प्रदीप सुखराज सिंह होनी कह रहे हैं कि नहीं बनाया जा जाना चाहिए उदो उन्होंने इस गल की वकालत की खबर भी लगे ने बयान भी लगे आ और कोर्ट का वह आर्डर भी दिखाओ मैं अपनी टीम को कहूँगा कि दिखा वो लगातार आर्डर और खबर जिहड़ियां वो दिखा तो खबर भी दिखा सुखविंदर जी उस वक्त उन्होंने आ प्रतिक्रम उदो आर बी एस से अज तीन साल बाद उन्होंने ये भूमिका जी सामने आ रही है हूँ सुखविंदर जी जो अगला प्रश्न सब तो महत्वपूर्ण प्रश्न वो ये अदालत ने थोड़ा मिस करके अदालत ने उत्थे साफ भी कर दिता सीगा कि भाई ये सुखराज सिंह ते कंटेंप्ट ऑफ कोर्ट बनती नहीं है सुखराज सिंह जी ये मतलब बनती नहीं उन्होंने और ना कंटेंप्ट ऑफ कोर्ट और ना ही उन्होंने ये भी गल कहती कि भाई ये जिहड़ा अदालत कहिंदी जिहड़ा कि ऑर्डर तुहानू दिखा रहे हैं मैं टीम नूं कहां दिखाउण तां अदालत ने इत्थे साफ कीता सी ये भी कि भाई ये जिहड़ा मसला एक तो कंटेंप्ट ऑफ कोर्ट बनती नहीं सुखराज के उपर ते दूजा ये भी साफ कीता सी कि ये जिहड़ा सरकारी गवाह बनाउण दा जिहड़ा प्रोसीजर सी वो साडे यानी अदालत दे कोर्ट दे और दोषी दे विचकार दा सी ये तो साफ सी कि कुंवर विजय प्रताप दे ਦਾ ਵਿੱਚ ਉਹਦੇ ਕੋਈ ਰੋਲ ਨਹੀਂ ਸੀਗਾ ਤਾਂ ਇਹ ਸਾਫ ਆ ਆਰਡਰ ਦੇ ਵਿੱਚ ਕੋਰਟ ਜਿਹੜਾ ਉਹ ਕਰ ਰਿਹਾ ਕਿ ਭਾਈ ਇਹਦੇ ਵਿੱਚ ਦੋਸ਼ੀ ਅਤੇ ਕੋਰਟ ਦੇ ਵਿਚਕਾਰ ਦਾ ਮਸਲਾ ਇਹ ਜਿਹੜਾ ਸਰਕਾਰੀ ਗਵਾਹ ਬਣਾਇਆ ਗਿਆ ਜੀ ਅਣਖੀ ਸਾਹਿਬ ਜੀ ਬਿਲਕੁਲ 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 ਤਾਂ ਇਸ ਦੇ ਵਿੱਚ ਜਿਹੜੀ ਸੁਖਰਾਜ ਸਿੰਘ ਉਹਨਾਂ ਵੱਲੋਂ ਜਿਹੜਾ ਇਤਰਾਜ਼ ਜਿਹੜੇ ਉਸ ਵਕਤ ਜਾਂਚ ਅਧਿਕਾਰੀ ਕਵਰ ਵਿਜੇ ਪ੍ਰਤਾਪ ਸਿੰਘ ਉਹਨਾਂ 'ਤੇ ਠਾਇਆ ਜਾ ਰਿਹਾ ਉਹ ਵਾਜਿਬ ਜਿਹੜਾ ਲੱਗਦਾ ਨਹੀਂ ਹੁਣ ਜਿਸ ਤਰੀਕੇ ਦਾ ਉਹਨਾਂ ਨੇ ਪਟੀਸ਼ਨ ਮੰਗ ਕਰਕੇ ਕੋਰਟ ਦੇ ਵਿੱਚ ਸੁਖਵਿੰਦਰ ਜੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਕ੍ਰਿਮੀਨਲ ਕੋਰਟ ਜੇ ਇਸ ਕੇਸ ਨੂੰ ਜਿਹੜਾ ਰਿਵਿਊ ਕੀਤਾ ਜਾਵੇ ਤਾਂ ਹੁਣ ਕ੍ਰਿਮੀਨਲ ਕੋਰਟ ਜਿਹੜੀ ਆਪਣੇ ਹੈ ਕੋਰਟ ਜਿਹੜੀ ਆ ਆਪਣੇ ਫੈਸਲੇ ਨੂੰ ਸੁਖਵਿੰਦਰ ਜੀ ਉਹ ਰਿਵਿਊ ਨਹੀਂ ਕਰ ਸਕਦੀ ਇਹ ਇਸ ਸੰਬੰਧੀ ਇਹ ਵੀ ਤੱਥ ਹੈ ਕਿ ਜਿਹੜਾ ਕੋਰਟ ਆਪਣਾ ਹੁਕਮ ਕ੍ਰਿਮੀਨਲ ਕੋਰਟ ਕਿਸੇ ਵੀ ਸੰਬੰਧ ਵਿੱਚ ਆਪਣਾ ਫੈਸਲਾ ਦੇ ਦਿੰਦੀ ਆ ਉਹਦੇ ਉੱਤੇ ਉਹ ਦੁਬਾਰਾ ਆਪਣਾ ਕੋਈ ਫੈਸਲਾ ਜਿਹੜਾ ਉਹ ਬਦਲਣ ਦੀ ਹਵਾਲਾ ਅਸੀਂ ਸੁਖਵਿੰਦਰ ਜੀ ਦੇ ਸਕਦੇ ਹਾਂ ਕਿ ਸੁਪਰੀਮ ਕੋਰਟ ਦਾ ਇੱਕ ਕੇਸ ਜਿਹੜਾ ਮੱਧ ਪ੍ਰਦੇਸ਼ ਦੇ ਸੰਬੰਧ ਸਰਕਾਰ ਦੇ ਸੰਬੰਧ ਵਿੱਚ ਇੱਕ ਆਇਆ ਸੀ ਅਤੁਲ ਮਿਸ਼ਰਾ ਵਰਸਿਸ ਮੱਧ ਪ੍ਰਦੇਸ਼ ਸਰਕਾਰ ਤਾਂ ਉਹਦੇ ਵਿੱਚ 18 April ਦਾ ਸੁਖਵਿੰਦਰ ਜੀ ਉਹ ਫੈਸਲਾ ਰੂਲਿੰਗ ਆ ਜਿਹਦੇ ਵਿੱਚ ਇਹ ਫੈਸਲਾ ਕਿ ਜਿਹੜੀ ਕੋਈ ਵੀ ਕੋਰਟ ਜਿਹੜੀ ਆ ਆਪਣੇ ਇਸ ਫੈਸਲੇ ਸੰਦਰਭ ਦੇ ਵਿੱਚ ਰਿਵਿਊ ਜਿਹੜਾ ਉਹ ਨਹੀਂ ਕਰ ਸਕਦੀ ਸੋ ਅਜਿਹੀਆਂ ਸਥਿਤੀਆਂ ਦੇ ਵਿੱਚ ਜੋ ਹੁਣ ਜਿਸ ਤਰੀਕੇ ਨਾਲ ਸੁਖਰਾਜ ਹੋਣੀ ਇਸ ਕੇਸ ਨੂੰ ਪਰਸਿਊ ਕਰ ਰਹੇ ਹੁਣ ਆਪਾਂ ਦੂਸਰੀ ਆਪਣਾ ਵਿਸ਼ਲੇਸ਼ਣ ਕਰ ਲਈਏ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਸਾਰੀਆਂ ਸਥਿਤੀਆਂ ਬਿਆਨ ਕੀਤੀਆਂ ਜਾਂ ਜਿਸ ਤਰੀਕੇ ਨਾਲ ਇਲਜ਼ਾਮਬਾਜ਼ੀ ਹੋਈ ਆ ਤਾਂ ਸਿੱਧੂ ਸਾਹਿਬ ਕਮਜ਼ੋਰ ਹੁੰਦਾ ਪੁਆਇੰਟ ਇੱਥੇ ਇਹ ਬਣਦਾ ਤੇ ਜਿਸ ਤਰੀਕੇ ਦੀ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਆ ਕਿ ਕੋਰਟ ਮਤਲਬ ਕੋਰਟ ਜਿਹੜੀ ਆ ਆਪਣੇ ਫੈਸਲੇ ਦਾ ਰਿਵਿਊ ਕਰ ਸਕ ਮਤਲਬ ਕਰੇ ਜਿਸ ਤਰੀਕੇ ਦਾ ਉਹ ਕਹਿ ਰਹੀ ਵਾਦਾ ਮਾਫਕ ਗਵਾਹ ਉਸਨੂੰ ਨਹੀਂ ਬਣਾਇਆ ਜਾਣਾ ਚਾਹੀਦਾ ਜਾਂ ਉਸਨੂੰ ਹਟਾਇਆ ਜਾਵੇ ਤਾਂ ਇਸ ਸੰਬੰਧ ਦੇ ਵਿੱਚ ਸੁਖਵਿੰਦਰ ਜੀ ਫਿਰ ਜਿਹੜੀ ਸਥਿਤੀਆਂ ਨੇ ਕਿਤੇ ਵੀ ਜਿਹੜੀਆਂ ਤਨ ਪੱਤਰ ਉਹ ਨਹੀਂ ਲੱਗਦੀਆਂ ਇਸੇ ਹੀ ਕਾਰਨ ਇਨਸਾਫ਼ ਦੇ ਵਿੱਚ ਸੁਖਵਿੰਦਰ ਜੀ ਜਿਹੜੀ ਦੇਰੀ ਹੋ ਰਹੀ ਆ
साहब मिलन की तो अजे बड़ी दूर की गल आ, क्योंकि जिस तरीके की देरी हो रही है हुण बहबल कलां कोटकपुरा जिहड़ा जिहड़ी जांच सी सुखविंदर जी अपने अंतम छोहां दे सी उहदे विच सारे प्रमुख दोषी जिन्हां दे नाम सन वह सारे शामिल हो चुके, 90% जिहड़े सन जां जांच जिहड़ी आ अपने कवर विजय प्रताप सिंह होणी कंप्लीट कर चुके ने, पर उस विच 1% जां 10% कुछ बंदे सी जिन्हां ने शामिल होना सी अखीरले, पर उहदे वल ध्यान हट के यह जिहड़ी जांच आ एस आई टी ने किसी होर पासे वल मोड़ दी, एस आई टी इन्हां नाल मोड़ी जां सरकार किसी पासे होर मोड़ दी, जां दूजे पासे सखराज उन्होंने इस मुद्दे नूं इक होर ही जिहड़ा रूप दे दिता, तां कुदरती तौर ते सुखविंदर जी फिर यह जांच प्रभावित होएगी, यह केस प्रभावित हुंदा, क्योंकि बहबल कलां कोर्ट माफ करना बहबल कलां गोलीकांड की जांच जिहड़ी आ 90% मुकम्मल हो चुकी है, और एक अद्धा ट्रायल जिहड़ा सी उहदा माफ करना जिहड़े एक दो बंदे उहो ही पेश होण वाले सन, पर जदों हुण एक नवां स्थितियां पैदा करके एक भंबल भूसे की जी स्थिति पैदा कर दी गई है सुखविंदर जी, वो इंसाफ में देरी वह तो हो ही रही है, दूजे पास एक केस में भी अं कह सकते कि घटे कुटिया रोलन का जोड़ा एक यत्न जोड़ा आ पता नहीं सरकार वालों हो रहा, पता नहीं कहदे वालों हो रहा, पर हो जरूर आ वह लोग जोड़े लंबे समय तो इंसाफ की भाल में सन ज इंसाफ की डीक में सन, उन्होंने कख नहीं मिले, तो शायद यो ही कारण कि कितने कितने कवर विजय प्रताप सिंह हुणी भी इस मुद्दे को लैके भावक हो जाते हैं, तो हमेशा अपने मुद्दे पर यह गल कहते हैं कि इंसाफ नहीं जो मिलना इंसाफ गुरु गोबिंद सिंह की कचहरी के पिछों ही मिलना है। बिल्कुल बिल्कुल, तो यह स्थितियां पूरी क्लीयर हुई ने कि सुखराज सिंह और जोड़े वकील ने खारा साहब वो जी गल कह रहे हैं कि कुंवर विजय प्रताप होना ने यह जरा यू बनाया जोड़ा गवाह बनाया वादा मुआफ, वो स्थिति साफ हो गई है इन्होंने ऑर्डर के कोल उपरों जे साडे कोल ऑर्डर ने उहदे विच इह साफ होया कि रेशम सिंह होरी जिहड़े सुखराज सिंह होरां दे जिहड़े चाचा जी है उन्होंने इतराज जताया सी जदों प्रदीप सिंह नूं वादा मुआफ गवाह बनाया गया सी, और सुखराज सिंह होरी उदों कहिंदे सी कि प्रदीप नूं वादा मुआफ गवाह बना दिता जावे, पर अदालत ने उदों साफ कर दिता जा सीगा कि भाई सुखराज ते कंटैम्प्ट ऑफ कोर्ट बनदी नहीं है, इस करके जिहड़ा उन्हां नूं और नाल ही नाल उन्होंने यह भी गल कही सीगी कि प्रदीप सिंह जिहड़ा उन्हूं वादा मुआफ जिहड़ा गवाह बनाया वो कोर्ट और दोषी जिहड़ा प्रदीप सिंह है उहदे विचकार दा जिहड़ा प्रसीर हैगा, साफ होया कि कुंवर विजय प्रताप होना नहीं बनाया, पर जिस तरीके दे नाल इह खिचोतान आपसी इह दो धिरां दी कुंवर विजय प्रताप होना दी और इन्हां दी जिहड़ी चल रही है, हालांकि कुंवर विजय प्रताप होनी लगातार इस उपर डटे हुए आ कि असीं इंसाफ लैणा लैणा सरकार दे खिलाफ कह लो कि जां एसआईटी दे खिलाफ कह लो, वो लगातार आवाज़ चुक रहे हैं कि भाई ये मामले दे विच इंसाफ मिलना चाहिए, और उधर जे सुखराज सिंह होरी भी ये गल कह रहे हैं कि इंसाफ मिलना चाहिए तो इकट्ठे होकर जिहड़ा कुंवर विजय प्रताप होना दा एक तरीके नाल साथ जिहड़ा वो देना चाहिए, और जे इस तरीके नाल चलते रहे तो जरूर दोषियों नूं जिहड़ा वो फायदा हो रहा है, जिहे सुखराज सिंह होरी जिहड़े आ वो जिहड़ी एप्लीकेशन पा रहे ने, तो ये साफ जिहड़ा अणखी साहब ने किया है, तो अणखी साहब की लगता है कि जे इदां ही चलता रहा तो फिर दोषियों को फायदा होगा, इंसाफ इसे तरीके ही लटकता रहेगा। हाँ सुखविंदर जी बिल्कुल, वो तो ये तो कोई दो रहवा ही नहीं रह जाती हैं कि जिस तरीके कोर्टा के मसले तुम्हें तो पता है कि कोर्टा च किस तरीके देरिया होंदिया ने, एक एप्लीकेशन दे दी तो वो संबंधी फैसला आने लग गया कई कई साल कई कई महीने आ माफ करना दहाके जो बीत जाते हैं, तो उसके तौर पर सुभाविक आ कि जे कथित दोषी ने सुखविंदर जी वह तो इसका लाभ लैणगे ही लैणगे, तो शायद उन्होंने भी कितना ना कि चाल आ कि आपसी आ जिहड़ियां धिरां ने आपस दे विच ही लड़दियां रहन तां जो सीधा लाभ उन्हां नूं मिल सके, क्योंकि हुण जिस तरीके नाल एप्लीकेशन चलण रहीआं ने 2 तरीक दसंबर पई आ जिहड़ी तरीक दुबारा इस केस दे संबंधी सुनवाई होणी आ, पता नहीं उहदे विच की रंग कोर्ट दा की हुक्म हुंदा आ, पर सुखविंदर जी इहदे विच कोई शक नहीं आ कि जेकर स्थितियां इदां ही रहीआं जेकर इसे तरीके नाल पटवाधार रही तां सिद्धू साहब इसका बैनीफिट इस केस नाल संबंधित कथित दोषी आ उह जरूर लै सकदे। बिल्कुल बिल्कुल, चलो अणख साहब उधर आपां मामला लै लैंदे आ कि आम आदमी पार्टी का एक होर विधायक जिहड़ा इस तों पहलां दिल्ली दे विच कई मंत्री जा चुके आ जेल दे विच, तां हुण एक जिहड़ा विधायक उन्हां दा गज्जण माजरा जिहनूं कुछ दिन पहलां गिरफ़्तार कर लिया सी, हुण उहनूं 14 दिनां दे लई जेल भेज दिता गया, कई दिनां तों रिमांड ते सी हस्पताल दे विच वी रहे आ और उहनां नूं अज जेल भेज दिता गया, की कुछ कुछ निकलिया जां की कुछ मसला इहदे विच आया? सुखविंदर जी जसवंत सिंह गज्जण माजरा जिहड़े ने आम आदमी पार्टी के जिहड़े विधायक ने इन्हां दे 40 करोड़ रुपए का कोई लैन देन का जिहड़ा वो चक्कर जिहड़ा वो चलता पिया, और बीते दिन ईडी ने उन्होंने छापा मार के उन्होंने गिरफ्तारी जिहड़ी कीती सी और काफ़ी उन्होंने जांच पड़ताल की, और सुखविंदर जी बड़ी हैरानी की गल आ कि जदों भी कोई खास तौर पर सबका मंत्री मौजूदा विधायक मौजूदा मंत्री भी कह लो जां सबका विधायक सबका मंत्री भी कह लो कि जदों वो ईडी के जां विजिलेंस के घेरे में आते हैं तो वह बीमार जरूर हो जाते हैं,
ਤਾਂ ਇਹੋ ਸਥਿਤੀਆਂ ਜਿਹੜੀਆਂ ਜੇਕਰ ਓਮ ਪ੍ਰਕਾਸ਼ ਸੋਨੀ ਜਾਂ ਹੋਰ ਬੰਦਿਆਂ ਦੀ ਗੱਲ ਕਰ ਲਓ, ਉਹ ਵੀ ਜਦੋਂ ਵਿਜੀਲੈਂਸ ਦੇ ਛਾਪੇ ਪੈਂਦੇ ਨੇ ਤਾਂ ਉਹ ਵੀ ਬਿਮਾਰ ਹੋ ਗਏ ਸੀ। ਤਾਂ ਆਹ ਹੁਣ ਪਤਾ ਲੱਗਾ ਕਿ ਜਦੋਂ ਗੱਜਣ ਬਾਜਵਾ ਸਾਹਿਬ ਨੂੰ ਦੁਬਾਰਾ ਜਦੋਂ ED ਨੇ ਰੇਡ ਕੀਤਾ, ਉਸ ਤੋਂ ਪਹਿਲਾਂ ਵੀ ਉਹਨਾਂ ਨੂੰ ਜਾਂਚ ਵਾਸਤੇ ਸੱਦਿਆ ਸੀ, ਪਰ ਜਾਂਚ ਦੇ ਵਿੱਚ ਉਹ ਸ਼ਾਮਿਲ ਨਹੀਂ ਸਨ ਹੋਏ। ਫਿਰ ED ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ, ਤਾਂ ਫਿਰ ਜਦੋਂ ਗ੍ਰਿਫਤਾਰ ਕੀਤਾ ਤਾਂ ਉਹ ਬਿਮਾਰ ਪੈ ਗਏ। ਤਾਂ ਫਿਰ ਬਿਮਾਰ ਜਦੋਂ ਪੈ ਗਏ ਤਾਂ ਫਿਰ ਮੁਹਾਲੀ ਦੀ ਅਦਾਲਤ 'ਚ ਉਹਨਾਂ ਦੁਬਾਰਾ ਪੇਸ਼ ਕਰਕੇ ਤਾਂ PGI 'ਚ ਦਾਖਲ ਜਿਹੜਾ ਉਹਨਾਂ ਨੂੰ ਕਰਾਇਆ ਗਿਆ ਸੀ। ਤੇ ਅੱਜ ਫਿਰ ਉਹਨਾਂ ਨੂੰ ਫਿਰ ਜਦੋਂ ਦੁਬਾਰਾ ਲਿਆਂਦਾ ਤਾਂ ਉਹਨਾਂ ਨੇ ਕਿਹਾ ਕਿ ਮੇਰੀ ਜਿਹੜੀ ਸਿਹਤ ਅਜੇ ਠੀਕ ਨਹੀਂ ਆ, ਪਰ ਜਿਹੜੀ ED ਨੇ ਉਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ, ਤੇ ਜਿੱਥੇ ਹੁਣ 12 ਦਸੰਬਰ ਤੱਕ ਉਹਨਾਂ ਨੂੰ ਜੁਡੀਸ਼ਲ ਰਿਮਾਂਡ 'ਤੇ ਸਿੱਧੂ ਸਾਹਿਬ ਜਿਹੜਾ ਭੇਜ ਦਿੱਤਾ ਗਿਆ। ਹੁਣ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀ ਜਾਂ ਵਿਧਾਇਕ ਦੇ, ਉੱਥੇ ਤਾਂ ਸਾਰਿਆਂ ਨੂੰ ਪਤਾ ਹੀ ਆ ਕਿ ਜੋ ਕੁਝ ਹੋ ਰਿਹਾ, ਪਰ ਜਿਸ ਤਰੀਕੇ ਨਾਲ ਆ 40 ਕਰੋੜ ਦੇ ਲੈਣ ਦੇਣ ਦੀ ਸੁਖਵਿੰਦਰ ਜੀ ਜਿਹੜੀ ਸਥਿਤੀ ਆ ਉਹ ਸਾਹਮਣੇ ਆਈ ਆ, ਇਹਦੇ ਨਾਲ ਆਮ ਆਦਮੀ ਪਾਰਟੀ ਪੰਜਾਬ 'ਚ ਵੀ ਬੈਠਕ 'ਤੇ ਜਾ ਰਹੀ ਆ, ਕਿਉਂਕਿ ਬੀਤੇ ਦਿਨਾਂ ਦੇ ਵਿੱਚ ਵੀ ਮਾਫ ਕਰਨਾ ਕੱਲ੍ਹ ਹੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਇੱਕ ਇਲਜ਼ਾਮ ਲਾਇਆ ਗਿਆ ਸੀ ਕਿ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਵੱਲੋਂ 42 ਕਰੋੜ ਦਾ ਜਿਹੜਾ ਇੱਕ ਬੰਗਲਾ ਮਹਿਲ ਜਿਹੜਾ ਆ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਦਾ ਉਹ ਖਰੀਦਿਆ ਗਿਆ। ਤਾਂ ਅਜਿਹੀਆਂ ਸਥਿਤੀਆਂ ਦੇ ਵਿੱਚ ਇੱਕ ਪਾਸੇ 40 ਕਰੋੜ ਦੇ ਲੈਣ ਦੇਣ ਦਾ ਜਦੋਂ ਇਲਜ਼ਾਮ ਲੱਗਦਾ, ਉੱਥੇ ਪਾਰਟੀ ਬੈਕਫੁੱਟ 'ਤੇ ਜਾਂਦੀ ਹੈ, ਅਤੇ ਦੂਜੇ ਪਾਸੇ 42 ਕਰੋੜ ਦਾ ਇੱਕ ਮਹਿਲ ਖਰੀਦਣ ਦੀ ਗੱਲ ਹੁੰਦੀ ਹੈ, ਚਰਚਾਵਾਂ ਸੁਖਵਿੰਦਰ ਜੀ ਫਿਰ ਬਣ ਜਾਂਦੀਆਂ। ਹੁਣ ਜਸਵੰਤ ਸਿੰਘ ਗੱਜਣਵਾਜਰਾ ਹੁਣੀ ਵੇਖੋ ED ਜਿਸ ਤਰੀਕੇ ਨਾਲ ਜਾਂਚ ਕਰ ਰਹੀ ਆ ਉਹਨਾਂ ਦੇ ਸੰਬੰਧ ਵਿੱਚ, ਲੱਗਦਾ ਆ ਕਿ ਉਹਨਾਂ ਦੇ ਆਉਣ ਵਾਲੇ ਦਿਨ ਜਿਹੜੇ ਨੇ ਸੁਖਵਿੰਦਰ ਜੀ ਕਾਫੀ ਮੁਸ਼ਕਲ ਆਪਾਂ ਪੂਛ ਰਹੇ ਆ, ਉਹ ਹੋ ਸਕਦੇ। ਚਲੋ ਅਣਖ ਸਾਹਿਬ ਆਪਾਂ ਅਗਲੀ ਗੱਲ ਕਰ ਲੈਂਦੇ ਹਾਂ। ਅਣਖ ਸਾਹਿਬ, ਜਿਹੜੇ ਕਾਂਗਰਸ ਦੇ ਦੋ ਸਾਬਕਾ ਮੰਤਰੀ ਨੇ ਗਿਲਜੀਆਂ ਔਰ ਸਾਧੂ ਸਿੰਘ ਧਰਮਸੋਤ, ਇਹਨਾਂ ਦੇ ਉੱਪਰ ਹੁਣ ED ਦੇ ਵੱਲੋਂ ਜਿਹੜੀ ਰੇਡ ਕੀਤੀ ਗਈ ਹੈ, ਇਹ ਰੇਡ ਕਿਉਂ ਹੋ ਗਈ? ਸਾਧੂ ਸਿੰਘ ਧਰਮਸੋਤ ਜਿਹੜੇ ਆ ਉਹ ਜੇਲ੍ਹ ਵੀ ਜਾ ਚੁੱਕੇ ਆ ਔਰ ਗਿਲਜੀਆਂ ਦੇ ਉੱਪਰ ਵੀ ਕੇਸ ਹੋਇਆ, ਜੰਗਲਾਤ ਮਹਿਕਮੇ ਦੇ ਨਾਲ ਇਹ ਜੁੜਾ ਮਸਲਾ, ਕਹਿੰਦੇ ਮਸਲਾ ਕੀ ਹੈ? ਸੁਖਵਿੰਦਰ ਜੀ, ਮਸਲਾ ਤਾਂ ਉਹੀ ਹੈ ਕਿ ਜਦੋਂ ਜੰਗਲਾਤ ਮਹਿਕਮਾ ਸਾਧੂ ਸਿੰਘ ਧਰਮਸੋਤ ਸਿੰਘ ਹੋਣਾ ਕੋਲ ਸੀ, ਦਰਖਤਾਂ ਦੀ ਕਟਾਈ ਦਾ ਮਸਲਾ ਸੀ, ਅਤੇ ਉਹਦੇ ਵਿੱਚ ਉਹਨਾਂ ਦਾ ਇੱਕ ਠੇਕੇਦਾਰ ਹਰ ਮਹਿੰਦਰ ਸਿੰਘ ਉਹਦਾ ਵੀ ਨਾਮ ਸ਼ਾਮਿਲ ਸੀ ਕਿ ਉਹਨਾਂ ਨੂੰ ਦਰਖਤ ਦਰੁਖਤ ਵੇਚੇ ਨੇ, ਵੱਟੇ ਨੇ, ਬਹੁਤ ਕੁਝ ਵੱਡੇ ਪੱਧਰ 'ਤੇ ਸਾਧੂ ਸਿੰਘ ਹੋਣਾ ਵੱਲੋਂ ਉਹ ਸਾਧੂ ਸਿੰਘ ਧਰਮਸੋਤ ਉਹਨਾਂ ਵੱਲੋਂ ਉਸ ਵਕਤ ਕੀਤਾ ਗਿਆ। ਹੁਣ ਸਿੱਧੂ ਸਾਹਿਬ ਵੇਖ ਲਓ, ਦੋ ਨਾਮ ਜਿਹੜੇ ਨੇ ਬੜੇ ਪਿਆਰੇ ਨੇ, ਸਾਧੂ ਸਿੰਘ, ਦੂਜੇ ਪਾਸ ਸੰਗਤ ਸਿੰਘ। ਹੁਣ ਇਹੋ ਜਿਹੇ ਨਾਮ ਜਦੋਂ ਬੰਦਾ ਸੁਣਦਾ ਤਾਂ ਮਨ ਦੇ ਅੰਦਰ ਇੱਕ ਭਾਵਨਾ, ਬੜੀ ਪਵਿੱਤਰਤਾ ਦੀ ਜਿਹੜੀ ਭਾਵਨਾ ਉਹ ਪੈਦਾ ਹੁੰਦੀ ਆ, ਪਰ ਜਦੋਂ ਇਹਨਾਂ 'ਤੇ ਲੱਗੇ ਇਲਜ਼ਾਮਾਂ ਦੀ ਰੋਸ਼ਨੀ ਦੇ ਵਿੱਚ ਇਹਨਾਂ ਦੇ ਕਿਰਦਾਰਾਂ ਨੂੰ ਵੇਖੋ ਤਾਂ ਸੁਖਵਿੰਦਰ ਜੀ ਵਾਕਈ ਫਿਰ ਇਹਨਾਂ ਦੇ ਨਾਵਾਂ 'ਤੇ ਵੀ ਇੱਕ ਕਿਸਮ ਦੀ ਸ਼ਰਮ ਜੀ ਜ਼ਰੂਰ ਹੁੰਦੀ ਆ ਕਿ ਕੰਮ ਇਹਨਾਂ ਦੇ ਇੱਕ ਪਾਸੇ ਨਾਮ ਸਾਧੂਆਂ ਵਾਲਾ, ਅਤੇ ਕੰਮ ਜਿਹੜੇ ਨੇ ਕਿਹੋ ਜਿਹੇ ਨੇ, ਉਹ ਚਾਹੇ ਬੱਚਿਆਂ ਦੇ ਵਜ਼ੀਫੇ ਖਾਣ ਦੀ ਗੱਲ ਹੋਵੇ ਤਾਂ ਚਾਹੇ ਦਰਖਤਾਂ ਨੂੰ ਵੇਚਣ ਦੀ ਗੱਲ ਹੋਵੇ। ਸੋ ਸਾਧੂ ਸਿੰਘ ਧਰਮਸੋਤ ਦੇ ਉੱਤੇ ਅੱਜ ED ਨੇ ਰੇਡ ਕੀਤਾ ਸਵੇਰੇ, ਉਹਨਾਂ ਦੇ ਘਰ ਦੇ ਵਿੱਚ ਜਾ ਕੇ ਉੱਥੋਂ ਚੰਗੇ ਕਹਿੰਦੇ ਪਿੰਡਾਂ ਘਰ ਪੂਰਾ ਸੀਲ ਕਰ ਲਿਆ ਗਿਆ, ਇਕੱਲੀ ਇਕੱਲੀ ਚੀਜ਼ ਦੀ ਤਲਾਸ਼ੀ ਲਈ ਔਰ ਜ਼ਰੂਰੀ ਦਸਤਾਵੇਜ਼ ਅਤੇ ਕੁਝ ਕੰਪਿਊਟਰ ਜਿਹੜੇ ਹਾਰਡ ਡਿਸਕ ਨੇ ਉਹ ਲੈ ਕੇ ਜਿਹੜੀ ED ਆ ਉਹ ਚਲੀ ਗਈ ਆ। ਤਾਂ ED ਦੀ ਜਾਂਚ, ED ਦਾ ਜਿਹੜੀ ਛਾਪੇਮਾਰੀ ਆ ਸੁਖਵਿੰਦਰ ਜੀ, ਪਹਿਲਾਂ ਵੀ ਸਾਧੂ ਸਿੰਘ ਧਰਮਸੋਤ ਦੇ ਉੱਤੇ ਹੋ ਚੁੱਕੀ ਹੈ। ਤਾਂ ਸੰਗਤ ਸਿੰਘ ਗਿਲਜੀਆ ਵੀ ਉਸ ਸਮੇਂ ED ਦੇ ਰਡਾਰ 'ਤੇ ਸਨ, ਅਤੇ ਅੱਜ ਇਹ ਵੀ ਪਤਾ ਲੱਗਾ ਕਿ ਜਿਸ ਤਰੀਕੇ ਨਾਲ ਹੁਣ ਉਹਨਾਂ ਨੂੰ ਵੀ ਘੇਰੇ ਵਿੱਚ ਲੈ ਗਿਆ, ਮਸਲਾ ਜੰਗਲਾਤ ਵਿਭਾਗ ਦੇ ਦਰਖਤਾਂ ਦੀ ਕਟਾਈ ਨਾਲ ਸੰਬੰਧਿਤ ਹੈਗਾ ਕਿ ਦਰਖਤ ਕੱਟੇ ਗਏ, ਜਿਸ ਤਰੀਕੇ ਨਾਲ ਵੇਚੇ ਗਏ ਉਹ ਸਾਰਿਆਂ ਨੂੰ ਪਤਾ। ਇਹਦੇ ਵਿੱਚ ਤਾਂ ਸੁਖਵਿੰਦਰ ਜੀ ਕੁਝ ਕਹਿਣ ਦੀਆਂ ਗੱਲਾਂ ਨੇ ਕਿ ਸਾਧੂ ਸਿੰਘ ਧਰਮਸੋਤ ਤਾਂ ਬੀਤੇ ਦਿਨ ਵੀ ਚਰਚਾਵਾਂ ਦਾ ਵਿਸ਼ਾ ਰਹੇ ਨੇ, ਪਰ ਹਾਂ ਅੱਗੇ ਉਹ ਵਿਜੀਲੈਂਸ ਦੇ ਘੇਰੇ ਵਿੱਚ ਸੀ ਅਤੇ ਹੁਣ ਉਹ ED ਦੇ ਰਡਾਰ 'ਤੇ ਨੇ। ਹੁਣ ਇਹ ਵੇਖਣਾ ਹੋਵੇਗਾ ਕਿ ਕਾਂਗਰਸ ਜਿਹੜੀ ਆ ਪੰਜਾਬ ਦੀ ਵਿਰੋਧੀ ਧਿਰ ਜਿਹੜੀ ਇਸ ਵੇਲੇ ਮੁੱਖ ਭੂਮਿਕਾ ਨਿਭਾ ਰਹੀ ਆ, ਅਜੇ ਤੱਕ ਇਹਦੇ ਹੱਕ 'ਚ ਬੋਲੇ ਤਾਂ ਨਹੀਂ। ਹੁਣ ਇਹ ਵੇਖਣਾ ਹੋਵੇਗਾ ਕਿ ਸਾਧੂ ਸਿੰਘ ਧਰਮਸੋਤ ਦੇ ਹੱਕ ਵਿੱਚ ਅੱਗੇ ਆਉਂਦੇ ਆ ਜਾਂ ਨਹੀਂ ਆਉਂਦੇ। ਬਾਕੀ ਸਮੱਸਿਆਵਾਂ, ਮੁਸ਼ਕਲਾਂ ਜਿਹੜੀਆਂ ਨੇ ਧਰਮਸੋਤ ਵਾਸਤੇ ਅਤੇ ਗਿਲਜੀਆ ਸਾਹਿਬ ਵਾਸਤੇ ਜ਼ਰੂਰ ਵੱਧ ਸਕਦੀਆਂ ਨੇ ਆਉਂਦਿਆਂ ਦੇ ਰਾਹ ਵਿੱਚ। ਚਲੋ ਅਣਖ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਤਾਂ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।